ਹਰ ਹਰ ਮਹਾਦੇਵ, ਜੈ ਸ਼ਿਵ ਸ਼ੰਕਰ। ਇੱਕ ਵਾਰ ਫਿਰ ਆਪਣੇ ਯੂਟਿਊਬ ਚੈਨਲ ਹਿਸਟੋਰੀਕਲ ਵਲੋਗ 'ਚ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੀ ਵੀਡੀਓ ਸਾਡੀ ਬਹੁਤ ਹੀ ਮਹੱਤਵਪੂਰਨ ਅਤੇ ਸਪੈਸ਼ਲ ਹੈ। ਜਿਸ ਤਰ੍ਹਾਂ ਤੁਸੀਂ ਪੁਰਾਣੀ ਵੀਡੀਓ ਵਿੱਚ ਭੋਲੇ ਸ਼ੰਕਰ ਜੀ ਦੇ ਸ਼ਿਵਾਲੇ ਦੇ ਸ਼ਿੰਗਾਰ ਕਰਦੇ ਹੋਏ ਭਗਤ ਜਨਾਂ ਨੂੰ ਦੇਖਿਆ ਹੈ, ਉਸੇ ਤਰ੍ਹਾਂ ਹੀ ਇਸ ਸਾਉਣ ਦੇ ਮਹੀਨੇ ਵਿੱਚ ਅੱਜ ਸੋਮਵਾਰ ਲਾਸਟ ਮਹੀਨੇ ਦਾ ਬਹੁਤ ਹੀ ਮਹੱਤਵਪੂਰਨ ਹੈ। ਅਸੀਂ ਤੁਹਾਨੂੰ ਅੱਜ ਕਸੇਲ ਪਿੰਡ ਵਿੱਚ ਫਿਰ ਤੋਂ ਲੈ ਕੇ ਆਏ ਹਾਂ। ਕਸੇਲ ਪਿੰਡ ਦਾ ਇਤਿਹਾਸ ਬਹੁਤ ਹੀ ਵਰਣਨਯੋਗ ਹੈ, ਇਸ ਦੇ ਨਾਲ ਉਹ ਇਤਿਹਾਸ ਦੇ ਪੰਨੇ ਜੁੜੇ ਹੋਏ ਹਨ। ਅੱਜ ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ। ਤੁਸੀਂ ਜਾਣਦੇ ਹੋ ਕਿ ਸ਼੍ਰੀ ਰਾਮ ਚੰਦਰ ਜੀ ਦੀ ਮਾਤਾ ਜੀ ਦਾ ਨਾਮ ਕੌਸ਼ਲਿਆ ਦੇਵੀ ਸੀ। ਇਹ ਕਸੇਲ ਪਿੰਡ ਕੌਸ਼ਲਿਆ ਦੇਵੀ ਜੀ ਦੇ ਪੇਕੇ ਹਨ ਅਤੇ ਸ਼੍ਰੀ ਰਾਮ ਚੰਦਰ ਜੀ ਦੇ ਨਾਨਕੇ। ਇਹ ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਆਪਣੀ ਸੈਨਾ ਨਾਲ ਇੱਥੇ ਵੀ ਗੁਜ਼ਰ ਰਹੇ ਸਨ ਅਤੇ ਉਹਨਾਂ ਨੇ ਇੱਥੇ ਵਿਸ਼ਰਾਮ ਕੀਤਾ। ਇੱਥੇ ਇੱਕ ਪਵਿੱਤਰ ਖੂਹ ਹੈ ਜਿਸ ਤੋਂ ਉਹਨਾਂ ਨੇ ਪਾਣੀ ਪੀਤਾ ਸੀ। ਇੱਥੋਂ ਪਾਣੀ ਪੀ ਕੇ ਉਹਨਾਂ ਦਾ ਦਰਦ, ਪੇਟ ਦਾ ਦਰਦ ਜੋ ਕਿ ਬਹੁਤ ਪੁਰਾਣਾ ਸੀ, ਕਿਤੇ ਠੀਕ ਨਹੀਂ ਸੀ ਹੋ ਰਿਹਾ, ਇੱਥੋਂ ਉਹਨਾਂ ਨੂੰ ਆਰਾਮ ਮਿਲਿਆ ਅਤੇ ਉਹਨਾਂ ਨੇ ਆਪਣੇ ਸੈਨਿਕਾਂ ਨੂੰ ਹੁਕਮ ਦੇ ਦਿੱਤਾ ਕਿ ਇੱਥੋਂ ਜਲ ਲੈ ਕੇ ਮੈਨੂੰ ਛਕਾਇਆ ਜਾਵੇ ਅਤੇ ਲਾਹੌਰ ਇੱਥੋਂ ਜਲ ਜਾਂਦਾ ਸੀ ਖੂਹ ਤੋਂ। ਇਹ ਕਸੇਲ ਪਿੰਡ ਕੌਸ਼ਲਪੁਰੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਸਮਾਂ ਬਦਲਦੇ ਬਦਲਦੇ ਕੌਸ਼ਲਪੁਰੀ ਦੇ ਨਾਂ ਦੇ ਨਾਲ ਇਹ ਕਸੇਲ ਪਿੰਡ ਨਾਮ ਲੱਗ ਗਿਆ। ਇਹ ਤਰਨ ਤਾਰਨ ਡਿਸਟ੍ਰਿਕਟ ਵਿੱਚ ਸਥਿਤ ਹੈ ਅਤੇ ਨਾਲ ਲੱਗਦੀ ਅੰਮ੍ਰਿਤਸਰ ਡਿਸਟ੍ਰਿਕਟ ਮਾਧਿਅਮ ਵਿੱਚ ਸਥਾਪਿਤ ਹੈ ਇਹ ਕਸੇਲ ਪਿੰਡ। ਇਹਦਾ ਇਤਿਹਾਸ ਬਹੁਤ ਹੀ ਮਹੱਤਵਪੂਰਨ ਹੈ। ਪ੍ਰਾਚੀਨ ਸ਼ਿਵ ਮੰਦਿਰ ਕਸੇਲ ਵਿੱਚ ਜੋ ਸ਼ਿਵਾਲਾ ਹੈ ਉਹ ਸਾਕਸ਼ਾਤ ਆਪ ਵਿਰਾਜਮਾਨ ਹੋਏ ਸਨ। ਪੂਰੀ ਦੁਨੀਆ ਵਿੱਚ 4 ਸ਼ਿਵਾਲੇ ਸਥਾਪਿਤ ਹੋਏ ਹਨ ਜੋ ਕਿ ਕਲਾਨੌਰ, ਕਾਸ਼ੀ, ਕਾਬਾ ਅਤੇ ਇੱਕ ਕਸੇਲ ਪਿੰਡ ਜੋ ਅੰਮ੍ਰਿਤਸਰ ਪੰਜਾਬ ਵਿੱਚ ਸਥਾਪਿਤ ਹੈ। ਆਪ ਸਾਕਸ਼ਾਤ ਵਿਰਾਜਮਾਨ ਹੋਏ ਸਨ। ਭੋਲੇ ਸ਼ੰਕਰ ਜੀ ਦਾ ਇਹ ਅੰਸ਼ ਭਗਤਾਂ ਨੂੰ ਬਹੁਤ ਲੁਭਾਉਂਦਾ ਹੈ ਅਤੇ ਮਨ ਬਹੁਤ ਹੀ ਪ੍ਰਸੰਨ ਹੁੰਦਾ ਹੈ। ਤੁਹਾਨੂੰ ਅਸੀਂ ਅੰਦਰੋਂ ਦ੍ਰਿਸ਼ ਪੇਸ਼ ਕਰਦੇ ਹਾਂ ਜੋ ਕਿ ਬਹੁਤ ਹੀ ਅਦਭੁਤ ਹੈ ਅਤੇ ਜ਼ਿਆਦਾ ਇੰਤਜ਼ਾਰ ਨਾ ਕਰਾਉਂਦੇ ਹੋਏ ਤੁਹਾਨੂੰ ਅਸੀਂ ਪ੍ਰਾਚੀਨ ਸ਼ਿਵ ਮੰਦਿਰ ਦੇ ਅੰਦਰ ਲੈ ਕੇ ਜਾਂਦੇ ਹਾਂ। ਇਸ 'ਤੇ ਚੈਨਲ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤਾਂ ਜੋ ਤੁਸੀਂ ਭੋਲੇ ਸ਼ੰਕਰ ਜੀ ਦੇ ਸ਼ਿੰਗਾਰ ਦੇ ਦਰਸ਼ਨ ਕਰ ਸਕੋ। ਜਲਦ ਹੀ ਤੁਹਾਨੂੰ ਭੋਲੇ ਸ਼ੰਕਰ ਜੀ ਦੇ ਸ਼ਿੰਗਾਰ ਦੇ ਦਰਸ਼ਨ ਕਰਾਵਾਂਗੇ, ਬਹੁਤ ਹੀ ਅਦਭੁਤ ਦ੍ਰਿਸ਼ ਪੇਸ਼ ਕਰਾਂਗੇ ਤੁਹਾਨੂੰ। ਇਹ ਮੰਦਿਰ 2050 ਸਾਲ ਪੁਰਾਣਾ ਹੈ। ਮਹਾਰਾਜਾ ਬਿਕਰਮਜੀਤ ਸਿੰਘ ਨੇ ਇਸ ਦੀ ਸਥਾਪਨਾ ਕੀਤੀ ਸੀ ਅਤੇ ਇਹ 1875 ਈਸਵੀ ਵਿੱਚ ਰਜਿਸਟਰਡ ਹੋਇਆ ਹੈ। ਸਾਨੂੰ ਅਸੀਂ ਮੰਦਿਰ ਦੇ ਅੰਦਰ ਦ੍ਰਿਸ਼ ਪੇਸ਼ ਕਰਦੇ ਅਤੇ ਉਹ ਖੂਹ ਦੇ ਵੀ ਦਰਸ਼ਨ ਕਰਾਉਂਦੇ ਹਾਂ ਜਿਸ ਖੂਹ ਤੋਂ
ਮਹਾਰਾਜ ਰਣਜੀਤ ਸਿੰਘ ਨੇ ਜਲ ਪੀਤਾ ਅਤੇ ਆਪਣੇ ਦਰਦ ਤੋਂ ਮੁਕਤੀ ਪਾਈ। ਵੀਡੀਓ ਨਾਲ ਸਾਡੇ ਨਾਲ ਬਣੇ ਰਹੋ। ਜੈ ਭੋਲੇ ਸ਼ੰਕਰ, ਜੈ ਭੋਲੇ ਸ਼ੰਕਰ। ਸਿੰਘ ਨੇ ਜਲ ਛਕਿਆ ਅਤੇ ਆਪਣੇ ਪੁਰਾਣੇ ਪੇਟ ਦੇ ਦਰਦ ਤੋਂ ਮੁਕਤੀ ਪਾਈ ਸੀ। ਤੁਸੀਂ ਉਹ ਖੂਹ ਦੇ ਦਰਸ਼ਨ ਕਰ ਸਕਦੇ। ਜੈ ਭੋਲੇ ਸ਼ੰਕਰ, ਜੈ ਭੋਲੇ ਸ਼ੰਕਰ।
ਜੀ ਦਾ ਬੰਬ ਬੰਬ ਬੋਲੇ 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 ਬੋ ਸ਼ੰਕਰ ਭਗਵਾਨ ਜੀ ਉਮਾਪਤੀ ਮਹਾ ਚੰਗੀ ਗੱਲ ਸ਼ੰਕਰ ਭਗਵਾਨ ਕੀ ਡਮਰੂ ਵਾਲੇ ਬਾਬਾ ਜੀ ਤੁਹਾਡੀ ਸਦਾਈ ਉਮਾਪਤੀ ਮਹਾਦੇਵ ਕੀ ਜੈ ਕਾਰਾ ਵੀਰ ਬਜਰੰਗੇ ਸ਼ੰਕਰ ਭਗਵਾਨ ਕੀ ਜਗਨਨਾਥ ਭਗਵਾਨ ਕੀ
ਜਗ੍ਹਾ ਤੇ ਖੜੇ ਹੋ ਗਏ ਜਿਨ੍ਹਾਂ ਦੇ ਘਰ ਦੇ ਵਿੱਚ ਲਹਿਰਾਂ ਪੈਣਾ ਪਤਾ ਲੱਗਣਾ ਚਾਹੀਦਾ ਮੈਨੂੰ ਕੋਈ ਵੀ ਮੰਗਿਆ
ਸਾਡੇ ਘਰ ਵਿੱਚ ਲੈਣਾ ਪੈਰਾਂ ਸਾਨੂੰ ਮੌਜ ਲਗਾਈ ਹੋਲੇ ਨੇ ਸਾਡੇ ਘਰ ਵਿੱਚ ਲੈਣਾ ਮੌਜ ਲਗਾਈ
ਗੁਰੀ ਦਾ ਜੈ ਬੋਲੇ ਸ਼ੰਕਰ ਹਰ ਹਰ ਮਹਾਂਦੇਵ। ਜਿਵੇਂ ਕਿ ਅੱਜ ਤੁਸੀਂ ਵੀਡੀਓ ਵਿੱਚ ਦੇਖਿਆ, ਪ੍ਰਭੂ ਜੀ ਦੇ ਦਰਸ਼ਨ ਤੁਸੀਂ ਕੀਤੇ ਨੇ ਅਤੇ ਪ੍ਰਭੂ ਜੀ ਦਾ ਸ਼ਿੰਗਾਰ ਬਹੁਤ ਸੋਹਣਾ ਅਤੇ ਅਦਭੁਤ ਹੋਇਆ ਆ। ਪਰਮਾਤਮਾ ਸਾਹਿਬ ਦੀ ਚੜ੍ਹਦੀ ਕਲਾ ਰੱਖੇ ਬੋਲੇ ਸ਼ੰਕਰ। ਇਹ ਜੋ ਸ਼ਿੰਗਾਰ ਆ ਬਾਬਾ ਜਗਨਨਾਥ ਜੀ ਦੇ ਰੂਪ ਵਿੱਚ ਕੀਤਾ ਗਿਆ ਹੈ, ਉਹਨਾਂ ਦਾ ਸ਼ਿੰਗਾਰ ਕੀਤਾ ਗਿਆ ਆ। ਬੋਲੇ ਸ਼ੰਕਰ ਜੀ ਸਭ ਦੀਆਂ ਮਨੋਕਾਮਨਾ ਪੂਰਨ ਕਰਨ ਇਸੇ ਤਰ੍ਹਾਂ ਸਾਡੇ ਨਾਲ ਵੀਡੀਓ ਨਾਲ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ। ਕਮੈਂਟ ਵਿੱਚ ਹਰ ਹਰ ਮਹਾਂਦੇਵ ਜੈ ਬੋਲੇ ਸ਼ੰਕਰ ਜ਼ਰੂਰ ਲਿਖਿਓ। ਸਭ ਦੀਆਂ ਬੋਲੇ ਸ਼ੰਕਰ ਸਭ ਦੀਆਂ ਮਨੋਕਾਮਨਾ ਪੂਰਨ ਕਰਨ। ਸੋ ਨੈਕਸਟ ਵੀਡੀਓ ਵਿੱਚ ਅਸੀਂ ਜਲਦੀ ਮਿਲਾਂਗੇ ਤੁਹਾਨੂੰ। ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਹਰ ਹਰ ਮਹਾਂਦੇਵ ਜੈ ਭੋਲੇ ਸ਼ੰਕਰ ਜੈ ਭੋਲੇ ਸ਼ੰਕਰ।